ਦਹੀਂ ਚ ਸ਼ਹਿਦ ਮਿਲਾ ਕੇ ਖਾਣ ਦੇ ਹੈਰਾਨੀ ਜਨਕ ਫਾਇਦੇ ਨੰਬਰ 1 ਦਹੀਂ ਚ ਸ਼ਹਿਦ ਮਿਲਾ ਕੇ ਖਾ ਕੇ ਤੁਸੀਂ ਆਸਾਨੀ ਨਾਲ ਭਾਰ ਘਟਾ ਸਕਦੇ ਹੋ ਨੰਬਰ 2 ਦਹੀਂ ਅਤੇ ਸ਼ਹਿਦ ਇਕੱਠੇ ਖਾਣ ਨਾਲ ਸਰੀਰ ਨੂੰ ਪ੍ਰੋਟੀਨ ਅਤੇ ਕਾਰਬੋਹਾਈਡਰੇਟਸ ਦੀ ਚੰਗੀ ਮਾਤਰਾ ਮਿਲਦੀ ਹੈ ਨੰਬਰ 3 ਦਹੀਂ ਅਤੇ ਸ਼ਹਿਦ ਖਾਣ ਨਾਲ ਚਮੜੀ ਅੰਦਰੂਨੀ ਅਤੇ ਬਾਹਰੀ ਤੌਰ ਤੇ ਚਮਕਦੀ ਹੈ ਨੰਬਰ 4 ਦਹੀਂ ਚ ਸ਼ਹਿਦ ਮਿਲਾ ਕੇ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਨੰਬਰ 5 ਦਹੀਂ ਅਤੇ ਸ਼ਹਿਦ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ। ਨੰਬਰ 6 ਦਹੀਂ ਅਤੇ ਸ਼ਹਿਦ ਬਲੋਟਿੰਗ, ਗੈਸ, ਐਸਿਡ ਵਰਗੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਦੇ ਹਨ। ਨੰਬਰ 7 ਦਹੀਂ ਅਤੇ ਸ਼ਹਿਦ ਖਾਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਨੰਬਰ 8 ਇਹ ਪੇਟ 'ਚ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਤੋਂ ਬਚਾਉਣ ਦਾ ਕੰਮ ਕਰਦਾ ਹੈ। ਨੰਬਰ 9 ਦਹੀਂ ਵਿੱਚ ਸ਼ਹਿਦ ਮਿਲਾ ਕੇ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 10 ਦਹੀਂ ਅਤੇ ਸ਼ਹਿਦ ਇਕੱਠੇ ਖਾਣ ਨਾਲ ਕੋਲੇਸਟ੍ਰੋਲ ਘਟ ਹੁੰਦਾ ਹੈ